ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਦੀ ਚੋਣ ਲਈ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਪਾਤੜਾਂ ਦੇ ਦਫ਼ਤਰ ਵਿਖੇ ਹੋਈ, ਜਿਸ ਵਿੱਚ ਚੋਣ ਅਧਿਕਾਰੀ SDM ਪਾਤੜਾਂ ਪਾਲਿਕਾ ਅਰੋੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸਾਰੇ ਕਾਂਗਰਸ ਦੇ ਕੌਂਸਲਰਾਂ ਅਤੇ ਵਿਰੋਧੀ ਧਿਰ ਦੇ ਕੌਂਸਲਰ ਮੌਜੂਦ ਸਨ, ਜਿਸ ਵਿੱਚ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਦੀ ਰਹਿਨੁਮਾਈ ਹੇਠ ਸਮੂਹ ਕੌਂਸਲਰ ਵੱਲੋਂ ਨਰਿੰਦਰ ਸਿੰਗਲਾ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਪਾਤੜਾਂ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸੀ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਨਵ ਨਿਯੁਕਤ ਪ੍ਰਧਾਨ ਨਰਿੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ MLA ਸਾਹਿਬ ਨੇ ਮੈਨੂੰ ਇਹ ਜ਼ਿੰਮੇਵਾਰੀ ਸੰਭਾਈ ਹੈ, ਮੈਂ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਸ਼ਹਿਰ ਵਿੱਚ ਵਿਕਾਸ ਦੇ ਕੰਮਾਂ ਦੀ ਝੜੀ ਲਗਾ ਦਿੱਤੀ ਜਾਵੇਗੀ ਅਤੇ ਬਿਨਾਂ ਪੱਖਪਾਤ ਦੇ ਸਾਰੇ ਵਾਰਡਾਂ ਦੀ ਹਰ ਗਲੀ ਮੁਹੱਲੇ ਦਾ ਵਿਕਾਸ ਕੀਤਾ ਜਾਵੇਗਾ। ਸਾਡੇ ਹਲਕੇ ਦੇ MLA ਸਰ ਦਰਵੇਸ਼ ਸਾਹਿਬ ਦਾ, ਨਿਰਮਲ ਸਿੰਘ ਦੇ ਅਤੇ ਮੇਰੇ ਸਮੂਹ ਕੌਂਸਲਰਾਂ ਦੇ, ਜਿਨ੍ਹਾਂ ਨੇ ਮੈਨੂੰ ਐਡਾ ਬੜਾ ਮਾਣ ਬਖਸ਼ਿਆ। ਮੈਂ ਇਹਨਾਂ ਦੇ ਮਾਣ 'ਤੇ ਪੂਰਾ ਜੋ ਮਤਲਬ ਵਿਸ਼ਵਾਸ ਬਣਾਇਆ ਉਸ 'ਤੇ ਮੈਂ ਖਰਾ ਉਤਰਾਂਗਾ। ਪੂਰਾ ਉਤਰਾਂ ਦੇ ਸ਼ਹਿਰ ਦੇ ਜੋ ਵਿਕਾਸ ਦੇ ਕੰਮ ਅਧੂਰੇ ਪਏ ਨੇ ਉਹਨੂੰ ਪੂਰਾ ਕਰਾਂ ਅਤੇ ਅਸੀਂ ਸ਼ਹਿਰ ਨੂੰ ਪੂਰਾ ਸਵਰਗ ਬਣਾਵਾਂਗੇ। ਦੀ ਜਿਹੜੀ ਚੋਣ ਹੋਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਔਰ ਮਹਾਰਾਣੀ ਰਣਜੀਤ ਕੌਰ ਦੇ ਆਸ਼ੀਰਵਾਦ ਦੁਆਰਾ ਪੂਰੀ ਸਰਕਾਰ ਦੇ ਕੌਂਸਲਾਂ ਦੇ ਸਹਿਯੋਗ ਦੇ ਨਾਲ ਜਿਹੜੀ ਚੋਣ ਹੈ ਸਰਬਸੰਮਤੀ ਦੇ ਨਾਲ ਜਨਾਬ ਮੰਤਰੀ ਰਹੀ ਹੈ ਔਰ ਆਸ਼ੀਰਵਾਦ ਸਿੰਘਾਂ ਦੇ ਨਾਲ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ। ਸਾਰੇ ਹੀ ਕੌਂਸਲਾਂ ਦਾ ਜਿਹੜਾ ਸੀਗਾ ਉਹਨਾਂ ਨੂੰ ਆਸ਼ੀਰਵਾਦ ਸੀ ਔਰ ਸਾਰੇ ਸ਼ਹਿਰ ਵਾਸੀਆਂ ਦਾ ਆਸ਼ੀਰਵਾਦ ਹੈ। ਜਿਸ ਲਈ ਇਹਨਾਂ ਨੂੰ ਬਣਾਇਆ ਗਿਆ ਉਹ ਸ਼ਹਿਰ ਦੀ ਭਲਾਈ ਲਈ, ਸ਼ਹਿਰ ਦੀ ਤਰੱਕੀ ਲਈ ਦਿਨ ਪਾਲਾਂ ਦੇ ਕੰਮ ਕਰਦੇ ਹਨ। ਰਫਤਾਰ ਨਿਊਜ਼ ਲਈ ਪਾਤੜਾਂ ਤੋਂ ਕੁਲਵੰਤ ਸਿੰਘ ਦੀ ਰਿਪੋਰਟ।